ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਦੇਖ ਰਹੇ ਹੋ ਦਾ ਪੰਜਾਬ লাই ਚੋਪਈ ਸਾਹਿਬ ਦੀ ਬਾਣੀ ਆਪਾਂ ਸਭ ਜਾਣਦੇ ਆ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਲਿਖੀ ਗਈ ਹੈ ਜੋ ਕਿ ਰੱਖਿਆ ਕਰਨ ਵਾਲੀ ਆਪ ਗੁਰਬਾਣੀ ਹੈ ਜਦੋਂ ਆਪਾਂ ਚੋਪਈ ਸਾਹਿਬ ਦਾ ਪਾਠ ਕਰਦੇ ਆ ਤਾਂ ਹਰੇਕ ਦੁੱਖ ਰੋਗ ਜੋ ਸਰੀਰ ਨੂੰ ਨੇ ਜਾਂ ਆਪਣੇ ਘਰ ਨੇ ਉਹ ਸਭ ਠੀਕ ਹੋ ਜਾਂਦੇ ਨੇ ਜਦੋਂ ਆਪਾਂ ਕਿਸੇ ਵੀ ਕੰਮ ਦੀ ਸ਼ੁਰੂਆਤ ਕਰਦੇ ਆਂ ਕਿਤੇ ਗਏ ਉੱਥੇ ਘਬਰਾਹਟ ਜੀ ਮਹਿਸੂਸ ਹੋਈ ਤਾਂ ਕਰੋ ਚੱਲਣ ਤੋਂ ਪਹਿਲਾਂ ਚਉਪਈ ਸਾਹਿਬ ਦਾ ਪਾਠ ਜ਼ਰੂਰ ਕਰੋ ਜਦੋਂ ਆਪਾਂ ਅੰਮ੍ਰਿਤ ਵੇਲੇ ਬਾਣੀ ਪੜ੍ਹਦੇ ਆਂ ਉਦੋਂ ਵੀ ਚਉਪਈ ਸਾਹਿਬ ਦਾ ਆਪਾਂ ਜਾਪ ਕਰਦੇ ਆਂ ਤੇ ਸ਼ਾਮ ਨੂੰ ਰਹਿਰਾਸ ਸਮੇਂ ਰਹਿਰਾਸ ਦੀ ਗੁਰਬਾਣੀ ਵਿੱਚ ਚਉਪਈ ਸਾਹਿਬ ਜੀ ਦੀ ਬਾਣੀ ਆਉਂਦੀ ਹੈ ਜਦੋਂ ਆਪਾਂ ਇਸ ਦਾ ਜਾਪ ਕਰਦੇ ਆਂ ਤੇ ਅੰਦਰ ਦਾ ਜੋ ਵੀ ਆਪਣੇ ਅੰਦਰ ਹਲਚਲ ਚੱਲ ਰਹੀ ਹੁੰਦੀ ਹੈ ਉਹ ਆਪੇ ਦੂਰ ਹੋ ਜਾਂਦੀ ਹੈ ਤੇ ਮਨੁੱਖ ਨਿਰਪੋ ਹੋ ਜਾਂਦਾ ਹੈ ਇਸ ਨਾਲ ਸਾਡੇ ਹਰ ਤਰ੍ਹਾਂ ਦੀਆਂ ਮਨੋਕਾਮਨਾਵਾਂ ਵੀ ਪੂਰੀਆਂ ਹੁੰਦੀਆਂ ਹਨ ਇਹ ਆਪਾਂ ਨੂੰ ਅੰਦਰੋਂ ਮਜ਼ਬੂਤ ਬਣਾਉਂਦੀ ਹੈ ਹਰ ਚੀਜ਼ ਦਾ ਸਾਹਮਣਾ ਕਰਨਾ ਸਿਖਾਉਂਦੀ ਹੈ ਬਾਣੀ ਤੇ ਹਰ ਪ੍ਰਕਾਰ ਦੇ ਦੁੱਖ ਰੋਗ ਤੇ ਮੁਸੀਬਤਾਂ ਸੰਕਟਾਂ ਤੋਂ ਬਚਾਉਂਦੀ ਹੈ ਇਹ ਪਾਠ ਜਿਨ੍ਹਾਂ ਚ ਦਿਮਾਗ ਨਹੀਂ ਉਹਨਾਂ ਨੂੰ ਮਤ ਜੋ ਬੋਲ ਨਹੀਂ ਸਕਦਾ ਉਹਨਾਂ ਨੂੰ ਬੋਲ ਪ੍ਰਦਾਨ ਕਰਦੀ ਹੈ ਇਸ ਪਾਠ ਵਿੱਚ ਇੰਨੀ ਸ਼ਕਤੀ ਹੈ ਨਾ ਕਿ ਜਦੋਂ ਕੋਈ ਵੀ ਕੰਮ ਰੁਕ ਜੇ ਨੇਪਰੀ ਨਾ ਚੜੇ ਤੇ ਇਸ ਨੂੰ ਕਰੋ ਸਵੇਰੇ ਅਤੇ ਸ਼ਾਮ ਆਪੇ ਸਾਰੇ ਕਾਰਜ ਵਿਸਤ ਹੋ ਜਾਣਗੇ ਫਿਰ ਆਓ ਗੁਰਬਾਣੀ ਤੇ ਲੜ ਲੱਗिए